ਬਰਨਾਲਾ 'ਚ ਚੋਰਾਂ ਨੇ SR ਸਟੀਲ ਫੈਕਟਰੀ ਦਾ ਸ਼ਟਰ ਤੋੜ ਕੇ ਲਗਭਗ 25 ਤੋਂ 30 ਕੁਇੰਟਲ ਨਵੇਂ ਤਾਂਬੇ ਸਮੇਤ ਇੱਕ ਕੰਪਿਊਟਰ ਸਿਸਟਮ, DVR ਤੇ ਕੈਮਰੇ ਤੇ ਹੱਥ ਸਾਫ਼ ਕਰ ਦਿੱਤਾ। ਸ਼ਤਰ ਚੋਰਾਂ ਨੇ ਫੈਕਟਰੀ ਦਾ ਕੋਈ ਵੀ CCTV ਕੈਮਰਾ ਤੋੜਨ ਤੋਂ ਨਹੀਂ ਛੱਡਿਆ ਅਤੇ ਪੁਲਿਸ ਗ੍ਰਿਫਤ ਦੇ ਡਰੋਂ DVR ਵੀ ਚੁਰਾ ਕੇ ਲੈ ਗਏ। ਫੈਕਟਰੀ ਮਾਲਕ ਅਜੀਤ ਕੁਮਾਰ ਨੇ ਦੱਸਿਆ ਕਿ ਰਾਤ ਕਰੀਬਨ 7:30 ਵਜੇ ਉਹ ਫੈਕਟਰੀ ਬੰਦ ਕਰਕੇ ਘਰ ਚਲੇ ਗਏ ਸੀ। ਪਿੱਛੋਂ ਕੁਝ ਲੋਕਾਂ ਨੇ ਉਹਨਾਂ ਦੀ ਫੈਕਟਰੀ ਦੇ ਮੇਨ ਗੇਟ ਤੇ ਲੱਗਾ CCTV ਕੈਮਰਾ ਤੋੜਨ ਪਿੱਛੋਂ ਮੇਨ ਗੇਟ ਦੇ ਸ਼ਟਰ ਨਾਲ ਦਾ ਛੋਟਾ ਸ਼ਟਰ ਦਾ ਜਿੰਦਰਾ ਤੋੜ ਕੇ ਫੈਕਟਰੀ ਦੇ CCTV ਕੈਮਰੇ ਤੋੜਨ ਤੇ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ। ਚੋਰਾਂ ਨੇ ਲਗਭਗ 23 ਕੁਇੰਟਲ ਨਵਾਂ ਕਾਪਰ ਤੋਂ ਇਲਾਵਾ ਕੰਪਿਊਟਰ, ਸਕੈਨਰ ਤੇ ਪ੍ਰਿੰਟਰ ਆਦਿ ਸਭ ਕੁਝ ਸਾਫ਼ ਕਰ ਦਿੱਤਾ। ਚੋਰੀ ਹੋਈ ਹੈ ਸਟੀਲ ਦੀ ਫੈਕਟਰੀ ਸੀ ਅਜੀਤ ਸਿੰਘ ਜੀ ਦੀ, ਉਹਨਾਂ ਦੀ ਫੈਕਟਰੀ ਦੇ ਵਿੱਚੋਂ ਕਰੀਬ ਨਾ ਦੱਸਣ ਮੁਤਾਬਕ 25-30 ਕੁਇੰਟਲ ਜਿਹੜਾ ਕਾਪਰ ਹੈ ਉਹ ਚੋਰੀ ਕਰਕੇ ਲੈ ਗਈ। ਇੱਕ ਇਹਨਾਂ ਦਾ ਕੰਪਿਊਟਰ ਹੈ ਪੂਰਾ ਸੈੱਟ ਨਾਲ LCD ਅਤੇ ਜੀ ਇੱਕ DVR, ਬਾਕੀ 2 ਕੈਮਰੇ ਸੀਗੇ ਉਹ ਤੋੜ ਕੇ ਲੈ ਗਏ। ਕੀ ਕਾਰਵਾਈ ਕੀਤੀ ਜਾ ਰਹੀ ਬਸ ਵੱਲੋਂ? ਅਸੀਂ ਦਾ ਬਿਆਨ ਲਿਖ ਕੇ ਪਰਚਾ ਦੇ ਰਹੇ, ਚੀਜ਼ ਜਾ ਰਹੀ ਹੈ। ਅਸੀਂ ਫਿੰਗਰ ਪ੍ਰਿੰਟ ਵਾਲੇ ਵੀ ਬੁਲਾਏ ਹੋਏ ਸੀ ਮੌਕੇ 'ਤੇ, ਅਤੇ CA ਸਟਾਫ ਵਾਲੇ ਵੀ ਆ ਗਏ, ਸਾਡੇ ਅਫਸਰ ਸਾਹਿਬਾਨ ਵੀ ਆ ਗਏ, ਸਾਰੇ SHO ਸਾਹਿਬ ਆ ਗਏ ਸੀ, ਡਿਪਟੀ ਸਾਹਿਬ ਆ ਗਏ ਸੀ, ਸਾਰੇ ਫਿੰਗਰ ਪ੍ਰਿੰਟ ਵਿੱਚ ਗਏ ਸੀ। ਸ਼ਹਿਰ ਵਾਸੀ ਵੀ ਚੋਰਾਂ ਦੀ ਦਹਿਸ਼ਤ ਤੋਂ ਖੌਫਜਦ ਹੋ ਕੇ ਪੁਲਿਸ ਪ੍ਰਤੀ ਰੋਸ ਜ਼ਾਹਰ ਕਰ ਰਹੇ ਹਨ। ਪੁਲਿਸ ਚੋਰਾਂ ਦੀ ਪੈਰ ਨੱਪਣ ਲਈ ਬੇਸ਼ੱਕ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ, ਪਰੰਤੂ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਬਰਨਾਲਾ ਤੋਂ ਬਿਊਰੋ ਰਿਪੋਰਟ।